ਇੱਕ ਪਾਸੇ ਤਾਂ ਜਿੱਥੇ ਸਰਕਾਰਾਂ ਵੋਟਾਂ ਹਾਸਲ ਕਰਨ ਲਈ ਜਨਤਾ ਨਾਲ ਬਹੁਤ ਸਾਰੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਦੇਸ਼ ਵਿੱਚੋਂ ਨਸ਼ਾ, ਭੁੱਖਮਰੀ, ਬੇਰੋਜ਼ਗਾਰੀ ਅਤੇ ਹੋਰ ਤਰੁੱਟੀਆਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰਾਂਗੇ। ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਫਿਰ ਇਹੀ ਵਾਅਦੇ ਹਵਾ ਵਿੱਚ ਇੱਕ ਧੂੰਏ ਵਾਂਗ ਉੱਡਦੇ ਹੋਏ ਦਿਖਾਈ ਦਿੰਦੇ ਨੇ। ਸਰਕਾਰਾਂ ਦੇ ਇਸ ਰਵੱਈਏ ਕਾਰਨ ਅੱਜ ਦਾ ਯੂਥ ਜੋ ਕਿ ਪੜ੍ਹ ਲਿਖ ਕੇ ਇੱਕ ਚੰਗੀ ਨੌਕਰੀ ਹਾਸਲ ਕਰਨ ਤੋਂ ਬਾਅਦ ਆਪਣੇ ਮਾਂ ਬਾਪ ਦਾ ਸਹਾਰਾ ਬਣਨਾ ਚਾਹੁੰਦਾ ਹੈ, ਪਰ ਉਹੀ ਨੌਜਵਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੈ। ਜਿਸ ਦਾ ਜਿੰਦਾ ਜਾਗਦਾ ਸਬੂਤ ਹੈ ਇਹ ਨੌਜਵਾਨ ਜੋ ਕਿ ਫਗਵਾੜਾ ਨਜ਼ਦੀਕ ਪਿੰਡ ਮਾਨਾਵਾਲੀ ਦਾ ਰਹਿਣ ਵਾਲਾ ਸੀ, ਜਿਸ ਨੇ ਕਿ ਬੇਰੋਜ਼ਗਾਰੀ ਦੇ ਚਲਦਿਆਂ ਜ਼ਹਿਰੀਲੀ ਚੀਜ਼ ਦਾ ਸੇਵਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦਰਅਸਲ ਅਰਮਿੰਦਰ ਸਿੰਘ ਪੁੱਤਰ ਗੋਕੁਲ ਚੰਦ ਵਾਸੀ ਮਾਨਾਵਾਲੀ ਜੋ ਕਿ ਐਮ ਕੌਮ ਕਰਕੇ ਨੌਕਰੀ ਦੀ ਭਾਲ ਵਿੱਚ ਸੀ, ਪਰ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ, ਜਿਸ ਤੋਂ ਦੁਖੀ ਹੋ ਕੇ ਅਰਮਿੰਦਰ ਸਿੰਘ ਨੇ ਆਪਣੇ ਘਰ ਵਿੱਚ ਜ਼ਹਿਰੀਲੀ ਚੀਜ਼ ਦਾ ਸੇਵਨ ਕਰਕੇ ਆਪਣੀ ਜਾਨ ਗਵਾ ਲਈ। ਮ੍ਰਿਤਕ ਅਰਮਿੰਦਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਤੇ ਦੋ ਭਰਾਵਾਂ ਨੂੰ ਛੱਡ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਸੁਖਵੀਰ ਸਿੰਘ ਸਲਾਰਪੁਰ ਨੇ ਆਖਿਆ ਕਿ ਇਹ ਸਭ ਸਰਕਾਰਾਂ ਦਾ ਹੀ ਕਸੂਰ ਹੈ, ਜਿਸ ਕਾਰਨ ਪੜ੍ਹਿਆ ਲਿਖਿਆ ਨੌਜਵਾਨ ਅੱਜ ਨਸ਼ਿਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਪੈ ਕੇ ਆਪਣੇ ਭਵਿੱਖ ਨੂੰ ਖਰਾਬ ਕਰ ਰਿਹਾ ਹੈ। ਉਹਨਾਂ ਆਖਿਆ ਕਿ ਜੇਕਰ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਸਰਕਾਰਾਂ ਨੂੰ ਇਹਨਾਂ ਨੌਜਵਾਨਾਂ ਲਈ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ। ਮਾਨਾਵਾਲੀ ਦਾ ਰਮਿੰਦਰ ਕੁਮਾਰ ਨੌਜਵਾਨ ਲੜਕਾ ਜਿਹਨੇ ਮਾਸਟਰ ਡਿਗਰੀ ਕੀਤੀ ਹੋਈ ਸੀ, ਐਮ ਕੌਮ ਸਟੱਡੀ ਕੀਤੀ ਹੋਈ ਸੀ, ਔਰ ਵਿਧਵਾ ਮਾਂ ਨੇ ਉਹਨਾਂ ਬੱਚਿਆਂ ਨੂੰ ਆਪਣਿਆਂ ਨੂੰ ਜਿਹੜਾ ਅਸੀਂ ਅੱਛੀ ਸ਼ਿਕਸ਼ਾ ਦਿੱਤੀ, ਪੜ੍ਹਾਇਆ ਸਟਿਚਿੰਗ ਕਰਕੇ, ਕੱਪੜੇ ਸਟਿਚ ਕਰਕੇ, ਔਰ ਉਹ ਬੱਚੇ ਦੀ ਮੌਤ ਦਾ ਅਸਲ ਕਾਰਨ ਬੇਰੁਜ਼ਗਾਰੀ ਤੋਂ ਪੀੜਤ ਸੀ ਉਹ, ਔਰ ਐਮ ਕੌਮ ਕਰਨ ਦੇ ਬਾਵਜੂਦ, ਮਾਸਟਰ ਡਿਗਰੀ ਕਰਨ ਦੇ ਬਾਵਜੂਦ ਇੱਕ ਦਿਹਾੜੀ ਕਰਨ ਦੇ ਲਈ ਉਹ ਮਜਬੂਰ ਸੀ, ਜਿੱਥੇ ਮੈਂ ਸਮਝਦਾ ਕਿ ਸਰਕਾਰ ਜਿਹੜੀ ਆ ਇਹ ਰੌਲਾ ਪਾ ਰਹੀ ਆ, ਰੁਜ਼ਗਾਰ ਦੇ ਨਾਮ 'ਤੇ ਲੋਕਾਂ ਤੋਂ ਵੋਟਾਂ ਮੰਗਦੀ ਆ, ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰਕੇ ਵੋਟਾਂ ਮੰਗਦੀ ਆ। ਮੈਂ ਸਮਝਦਾ ਕਿ ਉਸ ਜਿਹੜਾ ਇਹ ਸਰਕਾਰ ਨੂੰ ਇਸ ਨੌਜਵਾਨ ਦੀ ਮੌਤ ਇੱਕ ਫਿਟਕਾਰ ਹੈ, ਕਿਉਂਕਿ ਇਹ ਜਿਹੜੀਆਂ ਸਰਕਾਰਾਂ ਜਿਹੜੀਆਂ ਲਾਰੇ ਲਾ ਕੇ ਨੌਜਵਾਨਾਂ ਨੂੰ ਲਾਰੇ ਲਗਾ ਕੇ ਉਹਨਾਂ ਦਾ ਰੁਜ਼ਗਾਰ ਜਿਹੜਾ ਆ, ਚਾਹੇ ਉਹ ਬੱਸਾਂ ਦੇ ਪਰਮਿਟ ਹੋਣ, ਚਾਹੇ ਉਹ ਪੈਟਰੋਲ ਪੰਪਾਂ ਦੇ ਪਰਮਿਟ ਹੋਣ, ਉਹ ਆਪਣੇ ਜਿਹੜੇ ਘਰ ਦੇ ਵਿੱਚ ਪਰਿਵਾਰ ਤੱਕ ਸੀਮਿਤ ਕਰਕੇ ਬਾਕੀ ਦੇ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਕੇ ਕਿਸੇ ਨੂੰ ਨਸ਼ਿਆਂ 'ਤੇ ਤੋਰ ਰਹੀ ਆ ਸਰਕਾਰ, ਕਿਸੇ ਬੱਚਿਆਂ ਨੂੰ ਇਸ ਜਿਹੜਾ ਦੁਖਦਾਈ ਜਿਹੜੀ ਮੌਤ ਦੇ ਰਾਸਤੇ 'ਤੇ ਤੋਰ ਰਹੀ ਆ ਸਰਕਾਰ, ਔਰ ਕਿਸੇ ਨੌਜਵਾਨਾਂ ਨੂੰ ਜਿਹੜਾ ਆ ਕ੍ਰਾਈਮ ਦੇ ਰਾਸਤੇ 'ਤੇ ਤੋਰ ਰਹੀ ਆ। ਮੈਂ ਇਸ ਨੂੰ ਪੂਰੀ ਤਰ੍ਹਾਂ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਬਣਦਾ, ਕਿਉਂਕਿ ਜੇ ਇਸ ਸਰਕਾਰ ਨੇ ਇਹੋ ਜਿਹੇ ਨੌਜਵਾਨਾਂ ਨੂੰ, ਅਰਮਿੰਦਰ ਵਰਗਿਆਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਤਾਂ ਮੈਂ ਸਮਝਦਾ ਇਹ ਕਦੀ ਵੀ ਇਸ ਰਾਸਤੇ 'ਤੇ ਇਹੋ ਜਿਹਾ ਜਿਹੜਾ ਮਾੜਾ ਫੈਸਲਾ ਕਰਨ ਵਾਲੇ ਪਾਸੇ ਨਾ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਮੁਨਸ਼ੀ ਸਾਹਿਬ ਨੇ ਦੱਸਿਆ ਕਿ ਇੱਕ ਅਮਰਿੰਦਰ ਨਾਂ ਦਾ ਵਿਅਕਤੀ ਨੇ ਕੋਈ ਦਵਾਈ ਪੀ ਲਈ ਆ, ਜਿਹਨਾਂ ਕਰਕੇ ਸਿਵਲ ਹਸਪਤਾਲ ਆਏ ਆ, ਜਿੱਥੇ ਆ ਕੇ ਪਤਾ ਲੱਗਾ ਕਿ ਇਹ ਗ੍ਰੈਜੂਏਸ਼ਨ ਕੀਤੀ ਸੀਗੀ, ਪੜ੍ਹਾਈ ਅਤੇ ਨੌਕਰੀ ਕੋਈ ਮਿਲ ਨਾ ਕਾਰਨ ਕਰਕੇ ਅਤੇ ਜਿਸਨੇ ਪਰੇਸ਼ਾਨੀ ਵਿੱਚ ਰਹਿੰਦਾ ਸੀਗਾ ਅਤੇ ਅੱਜ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਹਾਂਜੀ, ਪਰਿਵਾਰ ਕਦੇ ਭਰਾ ਨੇ ਬਿਆਨ ਦਿੱਤਾ? ਕੀ ਨਾਮ ਭਰਾ ਦਾ ਜੀ? ਭਰਾ ਦਾ ਨਾਂ ਹੈਗਾ ਜੀ ਡਿੰਪਲ ਕਹਿਲੇ, ਪੁੱਤਰ ਗੋਕਲ ਚੰਦ। ਕੀ ਦੱਸਿਆ ਇਹਨਾਂ ਨੇ, ਕੀ ਕਰਦਾ ਕੁਛ? ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਕਹਿੰਦੇ ਖਾ ਲਈ, ਪਤਾ ਨਹੀਂ ਕਲੀਅਰ ਨਹੀਂ ਹੋ ਸਕਿਆ, ਪੋਸਟਮਾਰਟਮ ਦੌਰਾਨ ਜੋ ਵੀ ਹੋਏਗਾ। ਅਤੇ ਡੈਡ ਬੋਡੀ? ਡੈਡ ਬੋਡੀ ਅੱਜ ਸਿਵਲ ਹਸਪਤਾਲ 'ਤੇ ਪੋਸਟਮਾਰਟਮ ਕੀਤਾ ਜਾਂਦਾ, ਜੋ ਵੀ ਹੋਵੇਗਾ। ਕੀ ਕਾਰਵਾਈ ਕੀਤੀ ਹੋਈ ਹੈ? 174 ਦੀ ਕਾਰਵਾਈ ਕੀਤੀ।